ਸਿੱਖ ਇਤਿਹਾਸ ਦੀ ਮਹਾਨ ਗਾਥਾ ਪ੍ਰੋਗਰਾਮ ਸਿੱਖ ਇਤਿਹਾਸ ਦੀ ਮਹਾਨ ਗਾਥਾ ਵਿੱਚ ਆਪ ਜੀ ਦਾ ਸਵਾਗਤ ਹੈ ਅਤੇ ਅੱਜ 23 ਅਗਸਤ ਦੀ ਸਿੱਖ ਗਾਥਾ ਮੁੱਖ ਮੰਤਰੀ ਸਰਦਾਰ ਲਛਮਣ ਸਿੰਘ ਜੀ ਗਿੱਲ ਵੱਲੋਂ ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਰਾਜ ਭਾਸ਼ਾ ਬਣਾਉਣ ਨਾਲ ਸੰਬੰਧਿਤ ਹੈ। ਭਾਵ ਅੱਜ ਦੀ ਗਾਥਾ ਇੱਕ ਅਜਿਹੇ ਸਿੱਖ ਦੀ ਦਲੇਰੀ ਦਾ ਪ੍ਰਤੀਕ ਹੈ ਜਿਸ ਨੇ ਪੰਜਾਬੀ ਮਾਂ ਬੋਲੀ ਨੂੰ ਕਲਮ ਦੀ ਇੱਕੋ ਨੋਕ ਨਾਲ ਮਾਂ ਰਾਣੀ ਬਣਾ ਕੇ ਸਹੀ ਸਥਾਨ 'ਤੇ ਬਿਠਾ ਦਿੱਤਾ ਸੀ। ਦਰਅਸਲ ਪੰਜਾਬੀ ਜ਼ਬਾਨ ਨੂੰ ਕਦੇ ਵੀ ਇਨਸਾਫ਼ ਨਹੀਂ ਮਿਲ ਸਕਿਆ ਸੀ। ਪਹਿਲਾਂ ਇਹਦੇ ਉੱਤੇ ਜ਼ਹਲ ਬੋਲੀ ਹੋਣ ਦਾ ਲੇਬਲ ਲਾ ਛੱਡਿਆ ਗਿਆ ਸੀ ਅਤੇ ਫਿਰ ਸਾਧਾਂ ਫਕੀਰਾਂ ਦੀ ਬੋਲੀ ਹੋਣ ਦਾ। ਇਹ ਇਲਜ਼ਾਮ ਵੀ ਸਾਡੀ ਮਾਂ ਬੋਲੀ ਦੇ ਸਿਰ ਲੱਗਦਾ ਰਿਹਾ ਹੈ ਕਿ ਇਹ ਅਧੂਰੀ ਬੋਲੀ ਹੈ ਅਤੇ ਇਹਦੀ ਲਿਪੀ ਵਿਗਿਆਨਕ ਨਹੀਂ। ਕਈਆਂ ਨੇ ਇਹ ਵੀ ਵਿਚਾਰ ਪ੍ਰਗਟ ਕੀਤਾ ਸੀ ਕਿ ਇਸ ਬੋਲੀ ਨੂੰ ਦੇਵਨਾਗਰੀ ਲਿਪੀ ਵਿੱਚ ਹੀ ਲਿਖਿਆ ਜਾਣਾ ਚਾਹੀਦਾ ਹੈ। ਇਸ ਨੂੰ ਭਾਰਤੀ ਸੰਵਿਧਾਨ ਦੁਆਰਾ ਪ੍ਰਮਾਣਿਤ ਜ਼ਬਾਨਾਂ ਵਿੱਚ ਸ਼ਾਮਲ ਤਾਂ ਕਰ ਲਿਆ ਗਿਆ ਪਰ ਫਿਰ ਵੀ ਕਿਸੇ ਨਾ ਕਿਸੇ ਬਹਾਨੇ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਬਣਾਉਣ ਵਿੱਚ ਚਰੋੜੇ ਅਟਕਾਏ ਗਏ। ਇੱਥੋਂ ਤੱਕ ਕਿ 1951 ਵਿੱਚ ਤਾਂ ਬਹੁਤ ਵੱਡੀ ਗਿਣਤੀ ਦੁਆਰਾ ਪੰਜਾਬੀ ਨੂੰ ਮਾਂ ਬੋਲੀ ਮੰਨਣ ਤੋਂ ਇਨਕਾਰ ਹੀ ਕਰ ਦਿੱਤਾ ਗਿਆ ਸੀ। 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਪਰ ਫਿਰ ਵੀ ਪੰਜਾਬੀ ਬੋਲੀ ਦਾ ਵਿਰੋਧ ਖਤਮ ਨਾ ਹੋਇਆ। ਸਰਦਾਰ ਲਛਮਣ ਸਿੰਘ ਜੀ ਗਿੱਲ ਨੇ ਕਾਂਗਰਸ ਦੀ ਸਹਾਇਤਾ ਨਾਲ ਆਪਣੀ ਸਰਕਾਰ ਬਣਾਈ। ਭਲੇ ਹੀ ਇਹ ਸਰਕਾਰ ਸਿਰਫ 9 ਮਹੀਨੇ ਚੱਲੀ ਪਰ ਇਸ ਸਰਕਾਰ ਨੇ ਸਭ ਤੋਂ ਪਹਿਲਾਂ ਸਰਕਾਰੀ ਭਾਸ਼ਾ ਬਿੱਲ ਪਾਸ ਕੀਤਾ ਜਿਸ ਨੂੰ ਦੋਹਾਂ ਸਦਨਾਂ ਨੇ ਪਾਸ ਕਰ ਦਿੱਤਾ ਅਤੇ 28 ਦਸੰਬਰ 1967 ਨੂੰ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ। ਇਸ ਤਰ੍ਹਾਂ ਪੰਜਾਬੀ ਮਾਂ ਬੋਲੀ ਨੂੰ ਅੱਜ ਦੇ ਦਿਨ ਰਾਜ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੋ ਗਿਆ ਸੀ। ਅੱਜ ਸਿਰਫ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।